ਨਮਸਕਾਰ ਤੇ ਸਤਿ ਸ੍ਰੀ ਅਕਾਲ ਵੀਰੋ, ਹਿੰਮਤ ਸੰਧੂ ਦੇ ਨਵੇਂ ਗਾਣੇ ਦਾ ਟੀਜ਼ਰ ਆ ਚੁੱਕਾ ਜੀ। ਵੈਰ ਗਾਣਾ ਤੁਹਾਨੂੰ ਦੱਸ ਦਈਏ ਵੀ ਰਿਲੀਜ਼ ਅਜੇ 2 ਦਿਨ ਬਾਅਦ ਆਉਣਾ, ਯਾਨੀ ਕਿ 1 ਮਾਰਚ 2020 ਨੂੰ। ਪਰ ਇਹਦਾ ਟੀਜ਼ਰ ਆ ਗਿਆ ਜੀ, ਟੀਜ਼ਰ ਹਰ ਥਾਂ 'ਤੇ ਉਪਲਬਧ ਹੋ ਗਿਆ ਜੀ। ਵੈਰ ਗਾਣਾ ਇਹਨਾਂ ਨੇ ਦੱਸਿਆ ਜੀ, ਐਂਟਰੀ ਇਹਦੀ ਇੱਦਾਂ ਦੀ ਹੈ ਜਿੱਦਾਂ ਸ਼ੁਰੂਆਤ ਤੁਸੀਂ ਪੋਸਟਰ ਦੇਖਿਆ, ਸਿੱਧੂ ਮੂਸੇਵਾਲਾ ਜੱਟ ਦਾ ਜਿਹੜਾ ਲੰਡਨ ਦੇ ਵਿੱਚ ਸ਼ੋਅ ਹੋਇਆ ਸੀ, ਉੱਦਾਂ ਦੀ ਬਿਲਕੁਲ ਐਂਟਰੀ ਦਿਖਾਈ ਗਈ ਹੈ। ਅਤੇ ਉੱਦਾਂ ਵੀ ਖੜਕੇ ਦੜਕੇ ਵਾਲਾ ਗਾਣਾ, ਜਿੱਦਾਂ ਇਹਨਾਂ ਦਾ ਪਹਿਲਾਂ ਗਾਣਾ ਆਇਆ ਸੀਗਾ, ਕਿਹੜਾ ਗਾਣਾ ਸੀ ਤੁਸੀਂ ਭੁੱਲ ਗਏ ਹੋਣੇ ਸ਼ਾਇਦ, ਪਰ ਆਪਾਂ ਨਹੀਂ ਭੁੱਲੇ। ਸ਼ਰੇਆਮ ਜੱਟ ਨੇ ਘਰਾਉਣੇ ਖੜਕੇ, ਵੈਲੀਆਂ ਦਾ ਫਿਰਦਾ ਏ ਸ਼ਹਿਰ ਸਾਰਾ ਸ਼ਹਿਰ, ਵੈਲੀਆਂ ਦਾ ਫਿਰਦਾ ਏ ਡਾਟ ਸਾਰਾ ਸ਼ਹਿਰ, ਅੱਜ ਸ਼ਰੇਆਮ ਜੱਟ ਨੇ ਘਰਾਉਣੇ ਖੜਕੇ। ਇਹ ਗਾਣਾ ਬੜਾ ਚੱਲਿਆ ਸੀਗਾ ਜੀ, ਜ਼ਖਮੀ ਫਿਲਮ ਦਾ, ਅਤੇ ਜਿਹੜੀ ਲੱਗ ਵੀ ਚੁੱਕੀ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਅਤੇ ਹੁਣ ਹਿੰਮਤ ਸੰਧੂ ਦਾ ਨਵਾਂ ਗਾਣਾ ਆ ਰਿਹਾ ਜੀ, ਵੈਰ। ਵੈਰ ਪਵਾਊਗਾ ਕਹਿਰ, ਕਈ ਤਰ੍ਹਾਂ ਦਾ ਕਹਿਰ, ਅਤੇ ਹੋ ਜੂਗੀ ਵੈਰ, ਵੈਰ ਅਤੇ ਹੋ ਜੂਗੀ ਚਰਚੇ ਪੂਰੇ ਹੋਣਗੇ। ਅਤੇ ਗਾਣਾ ਤੁਹਾਨੂੰ ਦੱਸ ਦਈਏ, ਸਿੱਧੂ ਮੂਸੇਵਾਲੇ ਦਾ ਵੀ ਇੱਕ ਗਾਣਾ ਵਿਚਾਰਾ ਵੈਰ ਲੀਕ ਹੋ ਚੁੱਕਾ ਜੀ, ਜਿਹੜਾ ਗਾਣੇ ਦਾ ਬੋਲ ਹੈਗਾ ਜੀ, ਸਿੱਧੂਆਂ ਦੇ ਮੁੰਡੇ ਨਾਲ ਵੈਰ ਪਾ ਲਿਆ, ਇਹ ਚੰਗੀ ਗੱਲ ਨਹੀਂ, ਪਰ ਹੁਣ ਇਹ ਵੈਰ ਗਾਣਾ ਆ ਜਾਣਾ ਏ ਹਿੰਮਤ ਸੰਧੂ ਦਾ, ਇਹ ਤਾਂ ਵਧੀਆ ਗੱਲ ਈ, ਅਤੇ ਆਪਾਂ ਮਿਲਾਂਗੇ ਨਵੀਂ ਵੀਡੀਓ ਵਿੱਚ ਇਹੀ ਗੱਲ ਈ, ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਪ੍ਰੈਸ ਬੈਲ ਦਬਾਣੀ ਵੇ, ਅਤੇ ਮਿਲਾਂਗੇ ਨਵੀਂ ਵੀਡੀਓ। ਤਦ ਤੱਕ ਲਈ ਨਮਸਕਾਰ, ਸਤਿ ਸ਼੍ਰੀ ਅਕਾਲ ਵੀਰੋ।